ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਰਾਮਦਾਸ ਜੀ, ਜੋ ਕਿ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਸੁਭਾਏ ਮਾਣਿਆ। ਇਹ ਗੁਰਦੁਆਰਾ ਸਾਹਿਬ ਦਾ ਐਂਟਰੈਂਸ ਗੇਟ ਆ। ਇਹ ਸਲੋਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਏ ਗਏ ਨੇ। ਸਾਹਮਣੇ ਸਰੋਵਰ, ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ। ਇਹ ਪਹਿਲਾਂ ਕੱਚਾ ਹੁੰਦਾ ਸੀ, ਹੁਣ ਮਾਰਬਲ ਲਾ ਕੇ ਠੀਕ ਕਰਤਾ ਗਿਆ ਹੈ। ਇਹ ਬਾਜ਼ਾਰ ਆ, ਬਾਹਰ ਦੁਕਾਨਾਂ ਨੇ ਜਿਹੜੀਆਂ ਲਗਾਈਆਂ ਗਈਆਂ ਨੇ। ਇਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਜਦੋਂ ਹੁੰਦੀ ਆ, ਬਹੁਤ ਵਧੀਆ ਕੁਦਰਤੀ ਨਜ਼ਾਰਾ ਪੇਸ਼ ਹੁੰਦਾ ਅੰਦਰ। ਜਦੋਂ ਸਾਹਮਣੇ ਜਿਹੜੀ ਅਸੀਂ ਡਿਊੜੀ ਵੇਖ ਰਹੇ ਹਾਂ, ਉੱਥੇ ਐਂਟਰੀ ਕਰਾਂਗੇ ਅਤੇ ਉੱਥੇ ਸਾਨੂੰ ਬਹੁਤ ਵਧੀਆ ਸੀਨਰੀਜ਼, ਜਿਹੜੀਆਂ ਅਲੌਕਿਕ ਨੈਚੁਰਲ ਇੱਕ ਵਿਊ ਦੇਣਗੀਆਂ। ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਾਂਗੇ। ਆਹ ਵੇਖੋ ਜੀ, ਇਹ ਗੁਰਦੁਆਰਾ ਸਾਹਿਬ ਦੀ ਪਾਰਕ ਆ, ਜਿਹੜੀ ਕਿ ਬਹੁਤ ਵਧੀਆ ਬਣਾਈ ਗਈ ਆ। ਉਹਦੇ ਹੀ ਕੁਛ ਸੀਨਰੀਜ਼ ਲਗਾਈਆਂ ਗਈਆਂ ਨੇ। ਕੰਧ ਦੇ ਦੋਵੇਂ ਪਾਸੇ ਹੀ ਨਮੂਨਾ ਪੇਸ਼ ਕੀਤਾ ਗਿਆ ਅਲੌਕਿਕ। ਆਮ ਤੌਰ 'ਤੇ ਬਹੁਤੇ ਜਿਹੜੀ ਸੰਗਤ ਆ, ਉਹ ਇੱਥੇ ਆਪਣੀਆਂ ਮਨੋਕਾਮਨਾਵਾਂ ਲੈ ਕੇ ਹੀ ਜਾਂਦੇ ਨੇ, ਕਿਉਂਕਿ ਬਾਬਾ ਬੁੱਢਾ ਜੀ ਨੂੰ ਵਾਰ ਹਾਸਲ ਸੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਤ ਪ੍ਰਾਪਤ ਕੀਤੀ ਸੀ, ਉਹਨਾਂ ਦੇ ਮਾਤਾ ਜੀ ਨੇ, ਮਾਤਾ ਗੰਗਾ ਜੀ ਨੇ। ਅਤੇ ਉੱਥੋਂ ਹੀ ਇਹ ਗੱਲ ਜੁੜੀ ਆ। ਸੰਗਤਾਂ ਵਿੱਚ ਉਤਸ਼ਾਹ ਪਿਆਰ ਹੁੰਦਾ ਵਾ ਕਿ ਸਾਡੇ ਘਰ ਵੀ ਜਿਹੜੇ ਬੱਚੇ ਨੇ ਜਨਮ ਲੈਣਾ ਵਾ, ਉਹ ਬੱਚਾ ਗੁਰੂ ਸਾਹਿਬ ਦੀ ਗੁਰਤੀ ਦੇ ਮੁਤਾਬਕ ਚੱਲੇ ਅਤੇ ਪਾਪ ਦੇ ਸਾਹਮਣੇ ਖਲੋਵੇ ਅਤੇ ਸੱਚ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ। ਇਹ ਪ੍ਰਕਰਮਾ ਵਾਲਾ ਏਰੀਆ ਵਾ ਜਿਹੜਾ ਗੁਰਦੁਆਰਾ ਸਾਹਿਬ ਦਾ ਵਾ, ਪ੍ਰਸ਼ਾਦ ਦੀ ਸੇਵਾ ਹੋ ਰਹੀ ਆ। ਸੰਗਤਾਂ ਇੱਥੇ ਵੀ ਬਹਿ ਜਾਂਦੀਆਂ ਨੇ, ਅੰਦਰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਬਹਿੰਦੀਆਂ ਨੇ। ਸਾਹਮਣੇ ਪਾਰਕ ਸ਼ੁਰੂ ਹੋ ਜਾਂਦੀ ਆ। ਆਓ ਤੁਹਾਨੂੰ ਇੱਕ ਝਲਕ ਪਾਰਕ ਦੀ ਵੀ ਦਿੰਦੇ ਹਾਂ ਜੀ। ਚਲੋ, ਆਮ ਤੌਰ 'ਤੇ ਕਹੀ ਦਾ ਵਾ ਵੀ ਨਾਨਕੇ ਘਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਸਿਰਫ ਨਾਮ ਆ ਜਿਹੜਾ ਮੰਗਣਾ ਚਾਹੀਦਾ ਵਾ, ਅਤੇ ਨਾਮ ਮਿਲ ਜੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਪਰ ਚਲੋ, ਮਨੁੱਖ ਜਿਹੜਾ ਵਾ ਇਹ ਇੱਕ ਦੁਨੀਆਦਾਰੀ 'ਚ ਰਹਿਣ ਵਾਲਾ ਜੀਵ ਆ, ਅਤੇ ਇੱਦਾਂ ਕਹਿ ਲਓ ਵੀ ਸਮਝ ਨਹੀਂ ਲੱਗਦੀ। ਸਾਨੂੰ ਦਾਤਾਂ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ ਦਾਤੇ ਨਾਲੋਂ, ਦਾਤੇ ਨੂੰ ਅਸੀਂ ਮੰਗਦੇ ਨਹੀਂ, ਪਰ ਦਾਤਾਂ ਨੂੰ ਸਾਰੇ ਉੱਡ ਉੱਡ ਕੇ ਪੈਂਦੇ ਹਾਂ। ਪਰ ਜਿਹਨੂੰ ਅਸਲੀ ਸਮਝ ਲੱਗ ਜਾਂਦੀ ਆ, ਉਹ ਦਾਤਾ ਹੀ ਮੰਗਦਾ ਵਾ, ਅਤੇ ਦਾਤਾਂ ਦੇ ਨਾਲ ਉੱਦਾਂ ਹੀ ਆ ਜਾਂਦੀਆਂ ਨੇ। ਆਹ ਪਾਰਕ ਆ ਜੀ, ਅੱਜ ਐਤਵਾਰ ਦਾ ਦੇਣੀ ਸੀ ਅਤੇ ਮਨ ਬਣਿਆ ਸੀ ਵੀ ਚਲੋ ਅੱਜ ਹੋ ਕੇ ਆਉਂਦੇ ਹਾਂ। ਨੇੜੇ ਦੇ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਰਾਮਦਾਸ, ਆਹ ਵੇਖੋ ਜੀ ਕੁਦਰਤ ਦੇ ਖਿਡੌਣੇ ਜਿਹੜੇ ਨੱਚ ਰਹੇ ਨੇ ਕੁਦਰਤੀ ਵਾਤਾਵਰਨ ਵਿੱਚ, ਆਨੰਦ ਲੈ ਰਹੇ ਨੇ ਰੱਬ ਦੇ ਕੀਰਤਨ ਦਾ। ਮੈਂ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਕਵਰ ਕਰਨ ਦੀ। ਇਹ ਲੰਗਰ ਘਰ ਆ ਰਾਮਦਾਸ ਸਾਹਿਬ ਗੁਰਦੁਆਰਾ ਸਾਹਿਬ ਦਾ,
ਲੋੜ ਦੇ ਮੁਤਾਬਕ ਸੰਗਤਾਂ ਲੰਗਰ ਛਕਦੀਆਂ ਨੇ ਤੇ ਆਓ ਤੁਹਾਨੂੰ ਇੱਕ ਦਰਸ਼ਨ ਕਰਾਉਂਦੇ ਹਾਂ ਇੱਕ ਖੂਹ ਆ ਇੱਥੇ ਪੁਰਾਤਨ ਖੂਹ ਸੰਗਤਾਂ ਉਹਦੇ ਵੀ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਆਹ ਵੇਖੋ ਜੀ ਇਹਨੂੰ ਕਵਰ ਕੀਤਾ ਗਿਆ ਪ੍ਰੋਟੈਕਟ ਕੀਤਾ ਗਿਆ ਵਾ ਅਤੇ ਕੋਈ ਵੀ ਜਿਹੜਾ ਨੁਕਸਾਨ ਆ ਖੂਹ ਨੂੰ ਨਾ ਹੋ ਸਕੇ ਉਹਨੂੰ ਬਚਾਇਆ ਜਾ ਸਕੇ ਅਤੇ ਇੱਕ ਯਾਦਗਾਰ ਜਿਹੜੀ ਪੁਰਾਤਨ ਸਮੇਂ ਤੋਂ ਜੁੜੀ ਹੋਈ ਆ ਉਹ ਸੰਗਤਾਂ ਦੇ ਰੂਬਰੂ ਕਰਾਉਣ ਲਈ ਜੁੜੀ ਰਹੇ ਰਮਦਾਸ ਕਿਉਂਕਿ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਪੈ ਜਾਂਦਾ ਵਾ ਇਹ ਜਿਹੜਾ ਦ੍ਰਿਸ਼ ਆ ਇਹ ਸਰੋਵਰ ਸਾਹਿਬ ਆ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਅਤੇ ਆਪਣਾ ਮਨ ਅਤੇ ਤਨ ਅਰੋਗ ਕਰਦੀਆਂ ਨੇ ਇੰਨੀ ਸੇਵਾ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।